ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਬਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਬਖਸ਼ੀਸ਼ ਸਿੰਘ ਅੱਕਰ ਬ੍ਰਦਰਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਸਿੱਧੀ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਪਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਵਰਿੰਦਰ ਸਿੰਘ ਮੋਰਗਨ ਹੈਲ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਆ COVID-19 ਦੀ, ਇਸ ਤੇ ਕੇਸ ਆ ਬਹੁਤ ਜ਼ਿਆਦਾ ਵਧਣੇ ਸ਼ੁਰੂ ਹੋ ਗਏ। ਬਿਲਕੁਲ ਜੀ, ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ ਜੀ 25,559 ਨਵੇਂ ਕੇਸ ਉਹ ਆਏ ਆ, ਔਰ ਇਹ ਰਿਕਾਰਡ ਹੈ ਹੁਣ ਤੱਕ ਦਾ ਜਿਹੜਾ ਜੀ। 491 ਡੈਥ ਹੋਈਆਂ ਨੇ 24 ਘੰਟਿਆਂ, 2,144 ਡੈਥ ਜਿਹੜੀਆਂ ਹੋ ਚੁੱਕੀਆਂ ਨੇ, ਔਰ ਕੁੱਲ ਗਿਣਤੀ ਜਿਹੜੀ ਕੇਸ ਦੀ ਉਹ 7,69,052 ਹੋਈ ਆ। ਮਹਾਰਾਸ਼ਟਰ ਦੇ ਵਿੱਚ ਕੇਸ ਬਿਲਕੁਲ ਵੀ ਘਟਣ ਦਾ ਨਾਮ ਨਹੀਂ ਲੈ ਰਹੇ, 6,603 ਨਵੇਂ ਕੇਸ ਆਏ ਨੇ, ਔਰ 198 ਡੈਥ 24 ਘੰਟਿਆਂ 'ਚ ਹੋਈਆਂ ਨੇ। ਜਿਹੜੀ ਟੋਟਲ ਡੈਥ ਹੈ ਮਹਾਰਾਸ਼ਟਰ ਦੇ ਵਿੱਚ ਵੀ 9,448 ਹੋ ਗਈ ਹੈ। ਤਾਮਿਲਨਾਡੂ ਦੂਜੇ ਨੰਬਰ ਦੇ ਉੱਤੇ ਆ, ਜਿੱਥੇ ਕੁੱਲ ਕੇਸ 1,22,350 ਹੋ ਗਏ ਔਰ 1,700 ਡੈਥ ਹੋਈਆਂ ਨੇ। ਦਿੱਲੀ ਦੇ ਵਿੱਚ ਕੇਸਾਂ ਦੀ ਰਫ਼ਤਾਰ ਥੋੜ੍ਹੀ ਘਟੀ ਹੈ, 1,04,864 ਹੋ ਗਈ, 48 ਨਵੀਆਂ ਮੌਤਾਂ ਹੋਈਆਂ ਨੇ, 3,213 ਮੌਤਾਂ ਹੋਈਆਂ। ਮੌਤ ਦਰ ਜਿਹੜੀ ਆ ਉਹ ਨਹੀਂ ਘਟੀ ਦਿੱਲੀ ਦੇ ਵਿੱਚ, ਕੇਸਾਂ ਦੀ ਗਿਣਤੀ ਜਿਹੜੀ ਆ ਜੀ ਉਹ ਜ਼ਰੂਰ ਕੁਛ ਜਿਹੜੀ ਉਹ ਘਟੀ ਆ। ਜੇ ਹਰਿਆਣੇ ਦੀ ਗੱਲ ਕਰੀਏ ਨਾਲ ਲੱਗਵੇਂ ਸੂਬੇ ਦੀ, ਤਾਂ 691 ਹੋਰ ਕੇਸ ਸਾਹਮਣੇ ਆਏ, 3 ਡੈਥ, 18,690 ਕੁੱਲ ਕੇਸ ਹੋ ਗਏ, 282 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਔਰ ਪੰਜਾਬ ਜਿਹੜਾ ਜੀ ਉੱਥੇ ਵੀ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਵੱਧ ਰਹੀ ਹੈ, 158 ਨਵੇਂ ਮਾਮਲੇ ਸਾਹਮਣੇ ਆਏ, 3 ਡੈਥ ਹੋਈਆਂ, 178 ਜਿਹੜੀਆਂ ਜੀ ਡੈਥ ਹੁਣ ਤੱਕ ਹੁੱਟੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਅਫਸਰਸ਼ਾਹੀ, ਉਹਨੂੰ ਵੀ ਹੁਣ ਜਿਹੜਾ ਜੀ ਕੋਰੋਨਾ ਵਾਇਰਸ ਨੇ ਘੇਰਿਆ। ਜਗਰਾਉਂ ਦੀ ਏਡੀ, ਫਗਵਾੜਾ ਦੇ SDM, ਸੰਗਰੂਰ ਦੇ ਸਿਵਲ ਸਰਜਨ ਜਿਹੜੇ ਨੇ ਉਹ ਵੀ ਕੋਰੋਨਾ ਪੋਜ਼ਿਟਿਵ ਦੇ ਉਹ ਪਾਏ ਗਏ ਆ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਜਿਹੜਾ ਜੀ ਉਹ ਹੋਮ ਕੁਆਰੰਟਾਈਨ ਹੋ ਗਏ ਆ, ਉਹਨਾਂ ਦਾ ਕੋਰੋਨਾ ਟੈਸਟ ਹੋਊਗਾ। ਕੱਲ ਜਿਹੜੀ ਜੀ ਹੇਮੰਤ ਨੇ ਰਾਜ ਦੇ ਮੰਤਰੀ ਮਿਥਿਲੇਸ਼ ਠਾਕੁਰ ਤੇ ਵਿਧਾਇਕ ਦੇ ਨਾਲ ਸੰਪਰਕ ਦੇ ਵਿੱਚ ਆਏ ਸੀ, ਦੋਨਾਂ ਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਸੀ, ਜਿਹਦੇ ਚੱਲਦਿਆਂ ਹੋਏ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦੇ ਅਧਿਕਾਰੀ ਕਰਮਚਾਰੀ ਜਿਹੜੇ ਉਹਨਾਂ ਨੂੰ ਵੀ ਹੋਮ ਕੁਆਰੰਟਾਈਨ ਦਾ ਜਿਹੜਾ ਜੀ ਉਹ ਆਦੇਸ਼ ਦਿੱਤਾ। ਮੱਧ ਪ੍ਰਦੇਸ਼ ਦੇ ਵਿੱਚ ਵੱਧ ਰਹੇ ਜਿਹੜੇ ਕੇਸ ਨੇ ਉਹਨੂੰ ਲੈ ਕੇ ਉੱਥੋਂ ਦੇ ਸਿਹਤ ਮੰਤਰੀ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਟੋਟਲ ਲੋਕਡਾਊਨ ਜਿਹੜਾ ਜੀ ਉਹ ਰਹੂਗਾ, ਔਰ ਦੂਜੇ ਸੂਬਿਆਂ ਤੋਂ ਆ ਰਹੇ ਲੋਕਾਂ ਦੀ ਪ੍ਰਦੇਸ਼ ਦੇ ਵਿੱਚ ਪਰਿਸਥਿਤੀ ਜਿਹੜੀ ਜੀ ਉਹ ਬਦਲ ਰਹੀ ਹੈ, ਬਾਰਡਰ ਦੇ ਉੱਤੇ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾਊਗੀ, ਜਿਹੜੀ ਕਿ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਕੀਤੀ ਗਈ, ਇੱਥੇ ਖੁੱਲ੍ਹਾ ਛੱਡ ਦਿੱਤਾ ਗਿਆ। ਹੁਣ ਜਦੋਂ ਕੇਸਾਂ ਦੀ ਗਿਣਤੀ ਵਧੀ ਹੈ, ਮੌਤਾਂ ਦੀ ਗਿਣਤੀ ਵਧੀ ਹੈ, ਤੇ ਪੰਜਾਬ ਜਿਹੜਾ ਜੀ ਉਹ ਸਖਤੀ ਕਰਦਾ ਨਜ਼ਰ ਜਿਹੜਾ ਜੀ ਉਹ ਆ ਰਿਹਾ। ਤੁਸੀਂ ਚਾਹੇ ਲੋਕਡਾਊਨ ਤੋਂ ਸਟਾਰਟ ਹੋ ਜਾਓ, ਲੋਕਡਾਊਨ ਖੋਲਣ ਤੱਕ ਜਿਹੜਾ ਜੀ ਉਹ ਆ ਜਾਓ, ਹੁਣ ਤੱਕ ਆ ਜਾਓ, ਥਾਂ ਥਾਂ ਦੇ ਉੱਤੇ ਉਹੀ ਜਿਹੜੀ ਜੀ ਗੱਲ ਹੁੰਦੀ ਹੈ ਵੀ ਕੋਈ ਪੋਲਿਸੀ, ਕੋਈ ਤਰੀਕਾ ਜਿਹੜਾ ਜੀ ਉਹ ਹੈ ਨੀਗਾ। ਹੁਣ ਆਹ ਕਰ ਲਓ, ਆਹ ਰੱਖ ਦਿਓ, ਆਹ ਕਰ ਲਓ, ਇੱਧਰੋਂ ਲਿਆਓ, ਇੱਧਰੋਂ ਕਰ ਲਓ, ਉਹ ਜਿਹੜੀਆਂ ਪੋਲਿਸੀਜ ਕੁਛ ਲੰਮੇ ਤੌਰ ਦੇ ਉੱਤੇ ਜਿਹੜੀਆਂ ਜੀ ਜਾਣੀਆਂ ਚਾਹੀਦੀਆਂ ਸੀਗੀਆਂ, ਉਸ ਤਰ੍ਹਾਂ ਦਾ ਜਿਹੜਾ ਜੀ ਉਹ ਕੁਛ ਨਹੀਂ ਹੈਗਾ ਕਿ ਅੱਜ ਆਹ ਹੈਗਾ ਇਹਨੂੰ ਇੱਦਾਂ ਇਸ ਤਰੀਕੇ ਨਾਲ ਜਿਹੜਾ ਜੀ ਉਹ ਕਰ ਲਓ। ਚਾਹੇ ਉਹ ਕਰਫਿਊ ਲਾਉਣ ਵਾਲੀ ਗੱਲ ਸੀ, ਕਰਫਿਊ 'ਚ ਢਿੱਲ ਦੇਣ ਵਾਲੀ ਗੱਲ ਸੀ, ਚਾਹੇ ਉਹ ਕਰਫਿਊ ਲਾਉਣ ਵਾਲੀ ਗੱਲ ਸੀ ਤੇ ਲੋਕਡਾਊਨ ਖੋਲਣ ਵਾਲੀ ਗੱਲ ਸੀ, ਸੈਂਟਰ ਦੀ ਸਰਕਾਰ ਦੀਆਂ ਵੀ ਉਹੋ ਜਿਹੀਆਂ ਪੋਲਿਸੀ ਤੇ ਉਹੋ ਜਿਹੀਆਂ ਜਿਹੜੀਆਂ ਜੀ ਉਹ ਸੂਬਿਆਂ ਦੀਆਂ ਦਿਸ ਰਹੀਆਂ ਨੇ। ਇਉਂ ਲੱਗ ਰਿਹਾ ਜਿਵੇਂ ਅੱਕੀ ਪਲਾਹੀ ਹੱਥ ਜਿਹੜੇ ਜੀ ਉਹ ਮਾਰੇ ਜਾ ਰਹੇ ਹੋ, ਅੰਦਾਜ਼ੇ ਦੇ ਨਾਲ ਹੀ ਚੱਲਦਾ ਜੀ ਸਾਰਾ ਕੁਛ। ਤਾਂ ਅੱਗੇ ਗੱਲ ਕਰਦੇ ਆ ਰਾਜੀਵ ਗਾਂਧੀ ਫਾਊਂਡੇਸ਼ਨ ਦੀ, ਉਸ ਦੀ ਜਾਂਚ ਕੇਂਦਰ ਵੱਲੋਂ ਸ਼ੁਰੂ ਹੋਈ। ਐਕਚੁਅਲੀ ਜੀ ਕੀ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਘਿਰੀ ਆ, ਪ੍ਰਧਾਨ ਮੰਤਰੀ ਘਿਰੇ ਹੋਏ ਨੇ ਭਾਰਤ ਚੀਨ ਵਿਵਾਦ ਦੇ ਮਸਲੇ ਦੇ। ਉਹ ਕਹਿੰਦੇ ਕਿ ਭਾਰਤ ਦੇ ਅੰਦਰ ਕੋਈ ਆਇਆ ਹੀ ਨਹੀਂ, ਤੇ ਹੁਣ ਦਾਅਵੇ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਕੀਤੇ ਜਾ ਰਹੇ ਆ ਕਿ ਜਿਹੜੀ ਚਾਈਨੀਜ਼ ਸੈਨਾ ਉਹ ਪੂਰੇ ਤਰੀਕੇ ਨਾਲ ਪਿੱਛੇ ਹਟ ਗਈ ਹੈ। ਜੇ ਉਹ ਆਏ ਨਹੀਂ ਪਿੱਛੇ ਕਿੱਥੋਂ ਹਟ ਗਏ,
ਪ੍ਰਧਾਨਮੰਤਰੀ ਹੋਰਾਂ ਦਾ ਜਿਹੜਾ ਬਿਆਨ ਆਇਆ ਸੀ ਕਿ ਇੱਥੇ ਕਿਸੇ ਨੇ ਜਿਹੜਾ ਕੋਈ ਨਹੀਂ ਆਇਆ ਅੰਦਰ, ਸਵਾਲ ਇਹ ਖੜਾ ਹੋ ਗਿਆ ਕਿ 20 ਫੌਜੀ ਜਿਹੜੇ ਸੀ ਉਹ ਸ਼ਹੀਦ ਹੋ ਗਏ, ਤੇ ਉਹ ਇਹ ਕਿੱਥੇ ਜਿਹੜੀਆਂ ਸੀਗੀਆਂ ਝੜਪਾਂ ਹੋਈਆਂ, ਭਾਰਤ ਵਾਲੀ ਸਾਈਡ ਦੇ ਉੱਤੇ ਚਾਈਨਾ ਵਾਲੀ ਸਾਈਡ ਦੇ ਉੱਤੇ, ਚਾਈਨੀਜ਼ ਇੱਧਰ ਆਏ ਜਾਂ ਇਹ ਉੱਧਰ ਗਏ, ਇਹਦਾ ਕੋਈ ਜਵਾਬ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਜਵਾਬ ਦੇਣ ਦੀ ਜਗ੍ਹਾ ਦੇ ਉੱਤੇ, ਕਿਉਂਕਿ ਇਹ ਗੱਲ ਹੈ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਜਿਹੜੀ ਆ ਉਹ ਲਗਾਤਾਰ ਸਵਾਲ ਦਾਗ ਰਹੇ, ਉਹ ਲਗਾਤਾਰ ਸਵਾਲ ਜਿਹੜੇ ਇਸ ਮਸਲੇ ਦੇ ਉੱਤੇ ਪੁੱਛ ਰਹੇ ਕਿ ਲੋਕਾਂ ਨੂੰ ਦੱਸਿਆ ਜਾਵੇ, ਬਜਾਏ ਇਹਦੇ ਕਿ ਸਵਾਲਾਂ ਦੇ ਜਵਾਬ ਦਿੱਤੇ ਜਾਣ, ਉਹਨਾਂ ਨੂੰ ਦੂਜੇ ਮਾਮਲੇ ਦੇ ਵਿੱਚ ਉਲਝਾਉਣ ਦੇ ਯਤਨ ਜਿਹੜੇ ਜੀ ਉਹ ਸਟਾਰਟ ਹੋ ਗਏ। ਇੱਥੇ ਕੋਈ ਕਾਂਗਰਸ ਦੁੱਧ ਧੋਤੀ ਨਹੀਂ ਗੀ, ਨਾ ਜਿਹੜੀਆਂ ਇਹ ਫਾਊਂਡੇਸ਼ਨਾਂ ਜਿਹੜੀਆਂ ਜੀ ਉਹ ਦੁੱਧ ਧੋਤੀਆਂ ਨੇ ਕਿ ਉਹ ਠੀਕ ਨੇ, ਸਾਰਾ ਕੁਛ ਉੱਥੇ ਸਹੀ ਚੱਲਦਾ, ਪਰ ਇਹ ਸਮਾਂ ਜਿਹੜਾ ਚੁਣਿਆ ਜਾ ਰਿਹਾ ਨਾ ਜੀ ਉਹ ਇਸ ਕਰਕੇ ਹੈ ਵੀ ਜਾਂ ਤਾਂ ਸਵਾਲ ਕਰਨੇ ਬੰਦ ਕਰੋ, ਨਹੀਂ ਤਾਂ ਫਿਰ ਇਹ ਜਾਂਚ ਦਾ ਸਾਹਮਣਾ ਕਰੋ। ਜਿਹੜੇ ਨਹਿਰੂ ਗਾਂਧੀ ਪਰਿਵਾਰ ਦੇ ਨਾਲ ਜੁੜੇ ਹੋਏ ਟਰੱਸਟ ਨੇ ਉਹਨਾਂ ਦੇ ਖਿਲਾਫ਼ ਮਨੀ ਲਾਂਡਰਿੰਗ, ਵਿਦੇਸ਼ਾਂ ਤੋਂ ਚੰਦਾ ਲੈਣ ਦੇ ਮਾਮਲਿਆਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਟੀਮ ਦਾ ਜਿਹੜਾ ਜੀ ਉਹ ਗਠਨ ਕੀਤਾ, ਟਰੱਸਟਾਂ ਦੇ ਪੈਸੇ ਦੇ ਲੈਣ ਦੇਣ ਤੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਜਿਹੜਾ ਉਹ ਲਾਇਆ ਗਿਆ। ਭਾਜਪਾ ਨੇ ਇਹ ਦੋਸ਼ ਲਾਇਆ ਸੀਗਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਜਿਹੜੀ ਆ ਉਹਨੂੰ ਚਾਈਨੀਜ਼ ਦੂਤਾਵਾਸ ਤੋਂ ਫੰਡ ਮਿਲਿਆ, ਔਰ ਦੋਸ਼ ਉਸ ਵੇਲੇ ਲਾਏ ਗਏ ਸੀ ਜਦੋਂ ਭਾਰਤ ਤੇ ਚਾਈਨੀਜ਼ ਫੌਜ ਦੇ ਵਿਚਾਲੇ ਲੱਦਾਖ ਦੇ ਵਿੱਚ ਟਕਰਾਅ ਸਿਖਰਾਂ ਦੇ ਉੱਤੇ ਸੀਗਾ, ਕਿਉਂਕਿ ਕਾਂਗਰਸ ਉਦੋਂ ਇਹ ਕਹਿੰਦੀ ਵੀ ਬੜਾ ਝੂਲਾ ਜਿਹੜਾ ਜੀ ਉਹ ਚਲਾਉਂਦੇ ਸੀਗੇ ਉੱਥੋਂ ਚਾਈਨੀਜ਼ ਆਗੂਆਂ ਨੂੰ, ਬਾਰ ਬਾਰ ਉੱਥੇ ਜਾਂਦੇ ਸੀ, ਹੁਣ ਕੀ ਬਣਿਆ। ਉਦੋਂ ਇਹ ਕਿਹਾ ਗਿਆ ਸੀਗਾ ਕਿ ਫੰਡ ਤਾਂ ਜਿਹੜੇ ਸੀਗੇ ਉਹ ਕਾਂਗਰਸ ਲੈਂਦੀ ਰਹੀ। ਗ੍ਰਹਿ ਮੰਤਰਾਲਾ ਕਹਿੰਦਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੱਕ ਵਿਸ਼ੇਸ਼ ਡਾਇਰੈਕਟਰ ਜਿਹੜਾ ਉਹ ਟੀ ਅਗਵਾਈ ਕਰੂਗਾ, ਔਰ ਜਿਹੜੇ ਇੱਕ ਦੂਜੇ ਦੇ ਨਾਲ ਮੰਤਰਾਲੇ ਜਿਹੜੇ ਨੇ ਉਹ ਤਾਲਮੇਲ ਕਰਨਗੇ। ਮਨੀ ਲਾਂਡਰਿੰਗ ਐਕਟ ਜਿਹੜਾ ਬਲੈਕ ਮਨੀ ਨੂੰ ਵਾਈਟ ਕਰਨਾ, ਆਮਦਨ ਕਰ ਐਕਟ FCRA ਜਿਹਦੇ ਤਹਿਤ ਵਿਦੇਸ਼ਾਂ ਤੋਂ ਚੰਦਾ ਲਿਆ ਜਾਂਦਾ, ਇਹਦੇ ਤਹਿਤ ਇਹਦੀ ਜਿਹੜੀ ਜਾਂਚ ਹੈ ਉਹ ਕੀ ਜਾਊਗੀ। 1991 ਦੇ ਵਿੱਚ ਰਾਜੀਵ ਗਾਂਧੀ ਫਾਊਂਡੇਸ਼ਨ ਜਿਹੜਾ ਜੀ ਇਹ ਟਰੱਸਟ ਕਾਇਮ ਕੀਤਾ ਗਿਆ ਸੀਗਾ, ਇਹਦੇ ਵਿੱਚ ਸੋਨੀਆ ਗਾਂਧੀ ਇਹਦੀ ਪ੍ਰਧਾਨ ਹੈ, ਟਰੱਸਟੀ, ਜਦੋਂ ਕਿ ਡਾਕਟਰ ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸੀ ਆਗੂ ਪੀ ਚਿਦੰਬਰਮ ਜਿਹੜੇ ਇਹਦੇ ਟਰੱਸਟੀ ਨੇ। ਕਾਂਗਰਸ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਸਾਡੇ ਕੋਲੇ ਡਰਨ ਵਾਲਾ, ਲੁਕਾਉਣ ਵਾਲਾ ਕੁਛ ਵੀ ਨਹੀਂ, ਕੋਈ ਵੀ ਜਾਂਚ ਹੋਵੇ ਅਸੀਂ ਉਹਦਾ ਸਾਹਮਣਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਜੀ। ਤੇ ਅੱਗੇ ਗੱਲ ਕਰਦੇ ਹਾਂ ਸੁਖਦੇਵ ਢੀਂਡਸਾ ਦੀ, ਉਸਨੇ ਕਿਹਾ ਕਿ ਸੁਖਬੀਰ ਦੇ ਧੰਦੇ ਕੈਪਟਨ ਦੀ ਦੇਣ ਆ। ਦੇਖੋ ਇਹ ਜਿਹੜੀ ਆ ਜੀ ਉਹ ਦਲਦਲ ਫੇਰ ਹੋਈ ਆ ਇੱਕ ਵਾਰੀ, ਔਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਹੜੀ ਆ ਜੀ ਚੁਣੌਤੀ ਤਾਂ ਇੱਕ ਖੜੀ ਕਰ ਦਿੱਤੀ ਆ ਬਾਦਲ ਪਰਿਵਾਰ ਦੇ ਵਾਸਤੇ, ਇਹ ਕਹਿ ਕੇ ਕਿ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਜੀ ਇਹਨੂੰ ਰਿਵਾਈਜ਼ ਕੀਤਾ, ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾਈ, ਉਹ ਕਹਿੰਦੇ ਕਿ ਅਸੀਂ ਤੱਕੜੀ ਚੋਣ ਨਿਸ਼ਾਨ ਲੈਣ ਦੇ ਵਾਸਤੇ ਪਹੁੰਚ ਕਰਾਂਗੇ ਚੋਣ ਕਮਿਸ਼ਨ ਦੇ ਕੋਲੇ, ਚੋਣ ਕਮਿਸ਼ਨ ਤੱਕੜੀ ਸਾਨੂੰ ਦੇ ਦੇ, ਚੋਣ ਕਮਿਸ਼ਨ ਤੱਕੜੀ ਰੀਜ਼ ਕਰ ਦੇ, ਚੋਣ ਕਮਿਸ਼ਨ ਤੱਕੜੀ ਬਾਦਲ ਦਲ ਨੂੰ ਦੇ ਦੇਵੇ, ਇਹ ਉਹਦੇ ਉੱਤੇ ਨਿਰਭਰ ਆ, ਪਰ ਉਹ ਕਹਿੰਦੇ ਅਸੀਂ ਇਹਦੀ ਲੜਾਈ ਲੜਾਂਗੇ। ਇਹਦੇ ਨਾਲ ਇੱਕ ਖਲਬਲੀ ਜਿਹੜੀ ਹੈ ਜੀ ਉਹ ਮਚੀ ਆ ਅਕਾਲੀ ਦਲ ਬਾਦਲ ਦੇ ਵਿੱਚ, ਬਾਦਲ ਧੜੇ ਦੇ ਵਿੱਚ ਮਚੀ ਹੋਈ ਜਿਹੜੀ ਇਹ ਖਲਬਲੀ ਆ ਉਹਦੇ ਵਿੱਚੋਂ ਤੁਸੀਂ ਇਹਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ। ਇੱਕ ਤਾਂ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੋਈ ਅਜੇ ਤੱਕ ਇਹਦੇ ਉੱਤੇ ਪ੍ਰਤੀਕਰਮ ਆਇਆ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਦੇ ਉੱਤੇ ਨਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਪ੍ਰਤੀਕਰਮ ਆਇਆ, ਨਾ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਪ੍ਰਤੀਕਰਮ ਆਇਆ। ਜੇ ਬੋਲੇ ਤਾਂ ਦਲਜੀਤ ਚੀਮਾ ਹੋਰਾਂ ਨੂੰ ਮੂਹਰੇ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਜ਼ਰੂਰ ਉਹਨਾਂ ਨੂੰ ਜਿਹੜਾ ਜੀ ਉਹ ਬੁਲਾਇਆ ਜਾ ਰਿਹਾ। ਹਾਲਾਤ ਇਹ ਬਣੇ ਪਏ ਆ ਕਿ ਜਿਹੜਾ ਅਕਾਲੀ ਦਲ ਟਕਸਾਲੀ ਆ, ਜਿਹੜੇ ਉਹਦੇ ਬਹੁਤੇ ਆਗੂ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ ਆ ਗਏ, ਰਹਿ ਗਏ ਇਕੱਲੇ ਰਣਜੀਤ ਸਿੰਘ ਬ੍ਰਹਮਪੁਰਾ। ਹੁਣ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਬਿਆਨ ਜਿਹੜਾ ਜੀ ਹੋਸਪਿਟਲ 'ਚ ਪਿਆ ਹੋਇਆ ਸੱਦ ਕੇ ਪੱਤਰਕਾਰਾਂ ਨੂੰ ਇਹ ਦੇ ਦਿੱਤਾ ਕਿ ਵੀ ਟੈਕਨੀਕਲੀ ਤਾਂ ਜਿਹੜਾ ਅਕਾਲੀ ਦਲ ਬਾਦਲ ਹੀ ਆ, ਇੱਦਾਂ ਤੁਸੀਂ ਉਹਦੇ ਤੋਂ ਤੱਕੜੀ ਜਿਹੜੀ ਉਹ ਕਿਵੇਂ ਖੋ ਸਕਦੇ। ਹੁਣ ਸਵਾਲ ਇਹ ਆ ਜੇ ਟੈਕਨੀਕਲੀ ਉਹ ਠੀਕ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਫਿਰ ਅਕਾਲੀ ਦਲ ਟੈਂਕਾ ਕਿਉਂ ਬਣਾਇਆ ਸੀ, ਟਕਸਾਲੀ ਜਿਹੜਾ ਜੀ ਉਹ ਕਿਉਂ ਬਣਾਇਆ ਸੀ, ਫਿਰ ਟੈਕਨੀਕਲੀ ਜਿਹੜਾ ਸਹੀ ਸੀ ਉੱਥੇ ਰਹਿੰਦੇ। ਉਹਦੇ ਨਾਲ ਜਦੋਂ ਇਹ ਬਿਆਨ ਆਇਆ ਤੇ ਦਲਜੀਤ ਸਿੰਘ ਚੀਮਾ ਹੋਸਪਿਟਲ ਨੂੰ ਭੱਜ ਪਏ ਉਹਨਾਂ ਦਾ ਪਤਾ ਲੈਣ, ਕਹਿੰਦੇ ਸਾਡੇ ਬਜ਼ੁਰਗ ਆਗੂ ਆ ਔਰ ਉਹਨਾਂ ਕੋਲੇ ਜਿਹੜਾ ਜੀ ਉਹ ਬੈਠੇ ਨੇ, ਜਿੱਥੋਂ ਕਨਸੂਆਂ ਇਹ ਵੀ ਚੱਲ ਪਈਆਂ ਕਿ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਬਾਦਲ ਦਲ ਦੇ ਵਿੱਚ ਜਿਹੜਾ ਜੀ ਉਹ ਲੈ ਆਓ ਮੁੜ ਕੇ। ਸੁਖਬੀਰ ਸਿੰਘ ਬਾਦਲ ਹੁਰੀ ਕਿਤੇ ਵਰਕਰ ਨੇ ਵੀ ਜਿਹੜਾ ਜੀ ਉਹ ਸ਼ਾਮਿਲ ਹੋਣਾ ਹੋਵੇ, ਕਿਤੇ ਪੰਚ ਸਰਪੰਚ ਨੇ ਸ਼ਾਮਿਲ ਹੋਣਾ ਹੋਵੇ, ਉੱਥੇ ਪਿੰਡ ਪਹੁੰਚ ਜਾਂਦੇ ਆ। ਮਤਲਬ ਕਿ ਇੰਨੀ ਜਿਹੜੀ ਆ ਉਹ ਤੋਟ ਲੱਗੀ ਪਈ ਆ ਅਕਾਲੀ ਦਲ ਬਾਦਲ ਦੇ ਵਿੱਚ ਲਿਆਉਣ ਦੀ, ਉਹ ਕੋਸ਼ਿਸ਼ ਜਿਹੜੀ ਵੀ ਉਹ ਪੂਰੀ ਕਰ ਰਹੇ ਆ, ਪਰ ਇਹਨਾਂ ਮਾਮਲਿਆਂ 'ਤੇ ਬਿਆਨ ਨਹੀਂ ਆਇਆ। ਹੁਣ ਕਿਉਂਕਿ ਦਲਜੀਤ ਸਿੰਘ ਚੀਮਾ ਇਹ ਕਹਿੰਦੇ ਆ ਕਿ ਕਾਂਗਰਸ ਦੀ ਸ਼ਹਿ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਹੁਰੀ ਜਿਹੜਾ ਜੀ ਉਹਨਾਂ ਨੇ ਇਹ ਪਾਰਟੀ ਪਾੜੀ ਆ ਜਾਂ ਪਾਰਟੀ ਜਿਹੜੀ ਤੋੜਨ ਦੀ ਕੋਸ਼ਿਸ਼ ਕਰ ਰਹੇ ਆ,
ਤੇ ਸੁਖਦੇਵ ਸਿੰਘ ਢੀਂਡਸਾ ਹੋਰੀ ਇਹ ਗੱਲ ਜਿਹੜੀ ਕਹਿੰਦੇ ਆ ਕਿ ਕਾਂਗਰਸ ਦੇ ਨਾਲ ਤੇ ਕੈਪਟਨ ਦੇ ਨਾਲ ਕਿਹਦਾ ਸਮਝੌਤਾ ਇਹ ਜਿਹੜਾ ਜੀ ਬਾਦਲ ਦਲ ਦੇ ਆਗੂ ਜਿਹੜੇ ਉਹ ਸਮਝ ਲੈਣ। ਉਹ ਕਹਿੰਦੇ ਕਿ ਜਿਹੜਾ ਜਿੰਨੇ ਇਹਨਾਂ ਦੇ ਚੱਲ ਰਹੇ ਧੰਦੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ, ਚਾਹੇ ਉਹ ਟਰਾਂਸਪੋਰਟ ਹੈ, ਚਾਹੇ ਉਹ ਜਿਹੜੀ ਕੇਬਲ ਮਾਫੀਆ ਹੈ, ਚਾਹੇ ਉਹ ਰੇਤ ਦਾ ਧੰਦਾ ਹੈ, ਉਹ ਕਹਿੰਦੇ ਸਾਰਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਤਾਂ ਕਿਤੇ ਵੀ ਜਿਹੜਾ ਜੀ ਕੰਮ ਨਹੀਂ ਘਟਿਆ, ਉਹਨਾਂ ਦਾ ਤਾਂ ਜਿਹੜਾ ਜੀ ਕੰਮ ਉਸੇ ਤਰੀਕੇ ਦੇ ਨਾਲ ਜਾਰੀ ਹੈ। ਸੁਖਦੇਵ ਸਿੰਘ ਢੀਂਡਸਾ ਕਹਿੰਦੇ ਕਿ 2017 ਤੋਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ ਕਾਂਗਰਸ ਦੀ ਸਰਕਾਰ ਆਈ ਆ, ਸੁਖਬੀਰ ਸਿੰਘ ਬਾਦਲ ਦੇ ਧੰਦੇ ਤਾਂ ਬੇਰੋਕ ਚੱਲ ਰਹੇ ਆ, ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਰੋਕਿਆ ਨਹੀਂ ਗਿਆ। ਉਹ ਇਹ ਵੀ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਾਲੇ ਡੂੰਘਾ ਗੱਠਜੋੜ ਆ ਔਰ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਪਤਾ। ਫਿਰ ਉਹ ਕਹਿੰਦੇ ਕਿ ਮੇਰੇ ਉੱਤੇ ਇਹ ਦੋਸ਼ ਕਿਉਂ ਲਾਇਆ ਜਾ ਰਿਹਾ ਕਿ ਮੈਂ ਕਾਂਗਰਸ ਦੀ ਸ਼ਹਿ ਦੇ ਉੱਤੇ ਜਿਹੜਾ ਵੀ ਉਹ ਚੱਲਦੇ ਆ। ਉਹਨਾਂ ਨੇ ਕਿਹਾ ਕਿ ਦਲੀਲ ਪੂਰਨ ਤੇ ਸਹੀ ਸੋਚ ਵਾਲੇ ਅਕਾਲੀ ਜਦੋਂ ਪੰਜਾਬ ਤੇ ਪੰਥ ਦੇ ਭਲੇ ਦੀ ਗੱਲ ਕਰਦੇ ਆ ਤੇ ਬਾਦਲਾਂ ਦੇ ਵੱਲੋਂ ਝੱਟ ਦੇਣੀ ਇਹ ਕਹਿ ਦਿੱਤਾ ਜਾਂਦਾ ਕਿ ਕਾਂਗਰਸ ਪਾਰਟੀ ਦੇ ਨਾਲ ਰਲੇ ਹੋਏ ਨੇ, ਜਦੋਂ ਕਿ ਉਹ ਕਹਿੰਦੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਕੀ ਸਮਝੌਤਾ ਹੈ ਔਰ ਉਹਨਾਂ ਨੂੰ ਬਚਾਉਣ ਦੇ ਲਗਾਤਾਰ ਯਤਨ ਕੈਪਟਨ ਅਮਰਿੰਦਰ ਸਿੰਘ ਹੋਰੀ ਵੱਖ ਵੱਖ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਕਰਦੇ ਰਹੇ ਆ। ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਉਹ ਉਹਨਾਂ ਨੇ ਇਹ ਵੀ ਗੱਲ ਜਿਹੜੀ ਦੀ ਕਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਬਕਾਇਦਾ ਏਜੰਡਾ ਹੈ ਉਹ ਜਾਰੀ ਕੀਤਾ ਜਾਊਗਾ ਕਿ ਪੰਜਾਬ ਦੇ ਕਿਹੜੇ ਮਸਲਿਆਂ ਨੂੰ ਅਹਿਮੀਅਤ ਦੇ ਕੇ ਉਹ ਮੂਹਰੇ ਜਿਹੜਾ ਜੀ ਰੱਖਣਗੇ। ਇੱਥੋਂ ਤੱਕ ਟੈਕਨੀਕਲੀ ਜਿਹੜੀ ਗੱਲ ਹੈ ਜਿਹੜੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਆਖੀ ਹੈ, ਸ਼ਾਇਦ ਹੋ ਸਕਦਾ ਜਿਹੜਾ ਹੁਸ਼ਿਆਰਪੁਰ ਤੋਂ ਬਲਵੰਤ ਸਿੰਘ ਖੇੜਾ ਹੋਰਾਂ ਨੇ ਦੋ ਸੰਵਿਧਾਨ ਵਾਲੀ ਜਿਹੜੀ ਗੱਲ ਹੈ ਉਹ ਦੱਸੀ ਹੋਈ ਆ, ਉਹ ਆਖੀ ਹੋਈ ਆ, ਤੇ ਉਹ ਵੀ ਮਾਮਲਾ ਜਿਹੜਾ ਜੀ ਉਹ ਚੋਣ ਕਮਿਸ਼ਨ ਦੇ ਕੋਲੇ ਦੁਬਾਰਾ ਚੁੱਕ ਸਕਦੇ, ਚੋਣ ਕਮਿਸ਼ਨ ਕੋਲੇ ਹੈਗਾ ਤਾਂ ਸਹੀ। ਔਰ ਇੱਥੇ ਇਹ ਵੀ ਗੱਲ ਜਿਹੜੀ ਜੀ ਉਹ ਨਹੀਂ ਭੁੱਲਣੀ ਚਾਹੀਦੀ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਭਾਜਪਾ ਦੇ ਨਾਲ ਜਿਹੜੇ ਸੰਬੰਧ ਹੈ ਉਹ ਕਿਹੋ ਜਿਹੇ ਆ। ਅਕਾਲੀ ਦਲ ਨੂੰ ਪੁੱਛੇ ਤੋਂ ਬਿਨਾਂ ਉਹਨਾਂ ਨੂੰ ਪਦਮ ਸ਼੍ਰੀ ਭਾਜਪਾ ਨੇ ਹੀ ਦਿੱਤਾ, ਭਾਜਪਾ ਨੂੰ ਇੱਕ ਸਾਥੀ ਦੀ ਭਾਲ ਹੈ ਜਿਹੜਾ ਕਿ ਉਹਨਾਂ ਦੀ ਭਰਪਾਈ ਕਰ ਸਕੇ ਪੰਜਾਬ ਦੇ ਵਿੱਚ, ਉਹਨਾਂ ਨੂੰ ਨਾਲ ਲਾ ਕੇ ਤੋਰ ਸਕੇ। ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਨਹੀਂ ਜਿੱਤ ਸਕਦੀ। ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਪਤਾ ਕਿ ਬਾਦਲ ਦਲ ਜਿਹੜਾ ਜੀ ਉਹ ਆਪਣਾ ਬਹੁਤਾ ਵੋਟ ਬੈਂਕ ਗਵਾ ਚੁੱਕਿਆ ਹੋਇਆ, ਤੇ ਜੇ ਉਹਨਾਂ ਨੇ ਭਾਲਣਾ ਹੋਵੇ ਆਪਣਾ ਕੋਈ ਸਾਥੀ, ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲੋਂ ਬਿਹਤਰ ਫਲੈਕਸੀਬਲ ਬੰਦਾ ਜਿਹੜਾ ਜੀ ਉਹ ਨਾ ਦਿਸੇ। ਤੇ ਜੇ ਇਹ ਗੱਲਾਂ ਜਿਹੜੀਆਂ ਜੀ ਉਹ ਸਹੀ ਨੇ ਫਿਰ SG ਦੀ ਚੋਣ ਵੀ ਇਸੇ ਸਾਲ ਦੇ ਅੰਤ ਤੱਕ ਆਮ ਚੋਣ ਜਿਹੜੀ ਆ ਜੀ ਉਹ ਆ ਸਕਦੀ ਆ, ਤੇ ਚੋਣ ਕਮਿਸ਼ਨ ਕਿਹਦਾ ਇਹ ਵੀ ਸਭ ਨੂੰ ਪਤਾ, ਤੇ ਤਕੜੀ ਵੀ ਉੱਥੋਂ ਸੰਭਾਵੀ ਵਿੱਚ ਮਿਲ ਸਕਦੀ। ਜੀ ਬਹੁਤ ਕੁਛ ਜੀ ਅੰਦਰ ਅੰਦਰ ਪੱਕ ਕਰਿਆ ਆ। ਤੇ ਅੱਗੇ ਜੇ ਹੁਣ ਅਕਾਲੀ ਦਲ ਦੀ ਗੱਲ ਕਰ ਲਈਏ, 100 ਸਾਲਾਂ ਦੇ ਵਿੱਚ 21 ਵਾਰ ਟੁੱਟਿਆ। ਦੇਖੋ ਇਹ 100 ਸਾਲ ਹੋਏ ਔਰ 100 ਸਾਲ ਦੇ ਮੌਕੇ ਦੇ ਉੱਤੇ ਜਿਹੜਾ ਜੀ ਇਹ ਇੱਕ ਵਾਰੀ ਫੇਰ ਅਕਾਲੀ ਦਲ ਜਿਹੜਾ ਜੀ ਉਹ ਟੁੱਟ ਗਿਆ। ਇਹ ਤਾਂ ਹੈ, ਕੱਲ ਕੋਈ ਪੁੱਛਦਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਹੁਰੀ ਕਿੰਨਾ ਕੁ ਗੇਨ ਕਰਨਗੇ, ਮੈਂ ਕਿਹਾ ਜੀ ਉਹ ਕਿੰਨਾ ਕੁ ਗੇਨ ਕਰਦੇ ਆ ਇਹ ਸਵਾਲ ਨੀਗਾ। ਇੰਨਾ ਕੁ ਹੈ ਕਿ ਜਿੰਨਾ ਨੁਕਸਾਨ ਉਹ ਬਾਦਲ ਦਲ ਦਾ ਕਰ ਦੇਣਗੇ, ਵੇਖਣ ਵਾਲਾ ਜਿਹੜਾ ਜੀ ਇਹ ਇਹਦੇ ਵਿੱਚ ਰਹੂਗਾ, ਉਹਨਾਂ ਦਾ ਗੇਨ ਕਰਨਾ ਵੇਖਣਾ ਜਿਹੜਾ ਜੀ ਉਹ ਜ਼ਿਆਦਾ ਨਹੀਂ ਹੋਊਗਾ। ਜਿਹੜਾ ਇਹ 21ਵੀਂ ਵਾਰੀ ਹੈ ਜਦੋਂ ਅਕਾਲੀ ਦਲ ਫਿਰ ਇੱਕ ਵਾਰੀ ਜਿਹੜਾ ਜੀ ਟੁੱਟਿਆ, ਉਹ ਵੀ ਆਪਣੇ 100 ਸਾਲਾ ਮੌਕੇ ਦੇ ਉੱਤੇ। 14 ਦਸੰਬਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਸਰਮੁਖ ਸਿੰਘ ਝਬਾਲ ਜਿਹੜੇ ਸੀਗੇ ਉਹ ਝਬਾਲ ਪਾਰਟੀ ਦੇ ਪਹਿਲੇ ਤੇ ਬਾਬਾ ਖੜਕ ਸਿੰਘ ਹੋਰੀ ਦੂਜੇ ਪ੍ਰਧਾਨ ਬਣੇ। ਤੀਜੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਜਿਹੜਾ ਸੀ ਉਹ ਸਿਆਸੀ ਤੌਰ ਦੇ ਉੱਤੇ ਮਜ਼ਬੂਤ ਹੋਇਆ। 1920 ਦੇ ਵਿੱਚ ਬਣਿਆ ਅਕਾਲੀ ਦਲ, ਸਾਲ 1984 ਦੇ ਵਿੱਚ ਦੋ ਗੁੱਟਾਂ ਅਕਾਲੀ ਦਲ ਨੌਂਗੋਵਾਲ ਤੇ ਅਕਾਲੀ ਦਲ ਯੂਨਾਈਟਿਡ ਦੇ ਵਿੱਚ ਵੰਡਿਆ ਗਿਆ। ਜਦੋਂ ਬਾਬਾ ਜੋਗਿੰਦਰ ਸਿੰਘ ਹੋਰੀ ਆਏ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਕਹਿ ਦਿੱਤਾ ਜੀ ਕਿ ਸਾਰੇ ਜਾਣੇ ਅਸਤੀਫੇ ਦਿਓ, ਦੇ ਕੇ ਤੇ ਉਹਨਾਂ ਨੇ ਆਪਣੇ ਆਪ ਨੂੰ ਬਣਾ ਲਿਆ ਸੀਗਾ ਪ੍ਰਧਾਨ। ਮੁੜ ਕੇ ਉਹਦੇ ਵਿੱਚ ਅਕਾਲੀ ਦਲ ਨੌਂਗੋਵਾਲ ਸਾਈਡ ਤੇ ਹੋ ਗਿਆ। ਉਹ ਸਾਰਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸ਼ਰਾਰਤ ਜਿਹੜੀ ਉਹ ਸੀਗੀ, ਵੱਖਰਾ ਜਿਹੜਾ ਜੀ ਉਹਨੂੰ ਕਰ ਲੈਣਾ। ਲੌਂਗੋਵਾਲ ਗਰੁੱਪ ਦੀ ਅਗਵਾਈ ਹਰਚੰਦ ਸਿੰਘ ਲੌਂਗੋਵਾਲ ਤੇ ਦੂਜੇ ਜਿਹੜਾ ਯੂਨਾਈਟਿਡ ਅਕਾਲੀ ਦਲ ਸੀ ਉਹਦੀ ਅਗਵਾਈ ਬਾਬਾ ਜੋਗਿੰਦਰ ਸਿੰਘ ਹੋਰਾਂ ਨੇ ਕੀਤੀ। 20 ਅਗਸਤ 1985 ਦੇ ਵਿੱਚ ਹਰਚੰਦ ਸਿੰਘ ਲੌਂਗੋਵਾਲ ਦੇ ਦੇਹਾਂਤ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਇਹਦੀ ਅਗਵਾਈ ਕੀਤੀ। 8 ਮਈ 1985 ਦੇ ਵਿੱਚ ਅਕਾਲੀ ਦਲ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਥੇ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਵੰਡਣ ਦੇ ਪਿੱਛੇ ਸ਼ਾਮਿਲ ਸੀ, ਜਿਵੇਂ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਸਮੇਂ। ਅਕਾਲੀ ਦਲ ਬਰਨਾਲਾ, ਅਕਾਲੀ ਦਲ ਬਾਦਲ ਦੋ ਧੜੇ ਬਣ ਗਏ। 1987 ਦੇ ਵਿੱਚ ਅਕਾਲੀ ਦਲ ਦੇ 3 ਧੜੇ ਹੋ ਗਏ।
ਜਿਹਦੇ ਵਿੱਚੋਂ ਬਰਨਾਲਾ ਧੜਾ, ਬਾਦਲ ਧੜਾ ਤੇ ਜੋਗਿੰਦਰ ਸਿੰਘ ਧੜਾ ਜਿਹੜਾ ਜੀ ਉਹ ਸਰਗਰਮ ਰਹੇ। 1987 ਦੇ ਵਿੱਚ ਅਕਾਲੀ ਦਲ ਬਾਦਲ, ਯੂਨਾਈਟਿਡ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਧੜਾ ਤੇ ਜੋਗਿੰਦਰ ਸਿੰਘ ਧੜਾ ਇਕੱਠੇ ਹੋ ਗਏ। 15 ਮਾਰਚ 1999 ਦੇ ਵਿੱਚ ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ ਮਾਨ, ਅਕਾਲੀ ਦਲ ਜਗਦੇਵ ਸਿੰਘ ਤਲਵੰਡੀ ਸਰਗਰਮ ਰਹੇ। ਫਿਰ 14 ਦਸੰਬਰ 2018 ਨੂੰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਔਰ 7 ਜੁਲਾਈ 2020 ਨੂੰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਧੜਾ ਬਣਾਇਆ ਤੇ ਉਹਨੂੰ ਜਿਹੜਾ ਜੀ ਪ੍ਰਧਾਨ ਐਲਾਨ ਜਿਹੜਾ ਜੀ ਉਹ ਦਿੱਤਾ। ਔਰ ਅਕਾਲੀ ਦਲ ਜਿਹੜਾ 1920 ਦੇ ਵਿੱਚ ਜਿਹੜਾ ਬਣਿਆ ਸੀਗਾ ਉਹਦੇ ਜਿਹੜਾ ਜੀ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਜਾਂ ਪੰਜਾਬ ਦੀ ਜਾਂ ਪੰਥ ਦੀ ਪਾਰਟੀ ਗਿਣਿਆ ਜਾਂਦਾ ਸੀ ਔਰ ਉਦੋਂ ਜਥੇਦਾਰ ਸਾਹਿਬ ਕਹਿ ਕੇ ਜਿਹੜਾ ਜੀ ਇੱਕ ਰਿਸਪੈਕਟ ਦਿੱਤੀ ਜਾਂਦੀ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦਾ ਸੀ। ਜਦੋਂ ਇਹ ਬਾਦਲ ਪਰਿਵਾਰ ਦੇ ਕੋਲੇ ਜਿਹੜਾ ਜੀ ਆ ਗਿਆ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਤੋਂ ਬਾਅਦ ਜਾਂ ਜਦੋਂ ਇੱਥੇ ਪੰਜਾਬ ਦੇ ਵਿੱਚ ਫਿਰ ਬੇਅੰਤ ਸਿੰਘ ਦੀ ਸਰਕਾਰ ਬਣ ਗਈ ਉਹਨਾਂ ਦੇ ਕਤਲ ਤੋਂ ਬਾਅਦ ਕੁਛ ਸਮੇਂ ਲਈ ਜਿਹੜਾ ਸੀਗਾ ਜੀ ਹਰਚਰਨ ਸਿੰਘ ਬਰਾੜ ਬਣੇ ਤੇ ਰਜਿੰਦਰ ਕੌਰ ਭੱਠਲ ਬਣੇ। ਉਦੋਂ ਬਾਅਦ ਜਿਹੜੀ ਮੋਗੇ ਦੇ ਵਿੱਚ ਰੈਲੀ ਹੋਈ ਇਹਦਾ ਚਿਹਰਾ ਮੋਹਰਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਦਲ ਦਿੱਤਾ। ਜਿਹੜਾ ਜਥੇਦਾਰ ਸਾਹਿਬ ਵਾਲੀ ਗੱਲ ਸੀ ਜੀ ਉਹ ਟਿੰਕੂ ਮਿੰਕੂ ਸ਼ਿੰਕੂ ਜਿਹੜੇ ਉਹ ਆਉਣੇ ਫਿਰ ਹੋ ਗਏ, ਫਿਰ ਜਥੇਦਾਰੀਆਂ ਵਾਲਾ ਜਿਹੜਾ ਸੀਗਾ ਉਹ ਕੰਮ ਮੁੱਕ ਗਿਆ ਤੇ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਫੈਡਰਲਿਜ਼ਮ ਦਾ ਜਿਹੜਾ ਹਮਾਇਤੀ ਸੀ ਅਕਾਲੀ ਦਲ ਉਹ ਝੋਲੀ ਚੁੱਕ ਬਣ ਗਿਆ ਜਦੋਂ ਤੋਂ ਬਾਦਲ ਦਲ ਦੇ ਵਿੱਚ ਜਿਹੜਾ ਜੀ ਉਹ ਆਇਆ। ਔਰ ਇਹ ਝੋਲੀ ਚੁੱਕ ਜਿਹੜਾ ਬਣਨ ਤੋਂ ਬਾਅਦ ਪੰਜਾਬ ਦਾ ਨੁਕਸਾਨ ਜਿਹੜਾ ਸੀਗਾ ਜੀ ਉਹ ਹੋਇਆ। ਜਿਹੜਾ ਦਿੱਲੀ ਦੇ ਵਿੱਚ ਅਕਾਲੀ ਦਲ ਪੰਥਕ ਜਿਹੜਾ ਜੀ ਉਹ ਬਣੇ, ਪਰਮਜੀਤ ਸਿੰਘ ਸਰਨਾ ਹੋਰਾਂ ਨੇ ਵੱਖਰਾ ਦਲ ਬਣਾਇਆ, ਮਨਜੀਤ ਸਿੰਘ ਜੀ ਕੇ ਹੋਰੀ ਹੁਣ ਜਾਗੋ ਪਾਰਟੀ ਜਿਹੜੀ ਵੀ ਉਹ ਬਣਾਈ ਫਿਰਦੇ ਨੇ, ਰਵਿੰਦਰ ਸਿੰਘ ਹੋਰਾਂ ਨੇ ਵੱਖਰਾ ਅਕਾਲੀ ਦਲ ਬਣਾਇਆ। ਇਹਦਾ ਅਕਾਲੀ ਦਲ ਨੇ 1920 ਨਾਂ ਰੱਖਿਆ, 1920 ਰੱਖਿਆ ਪਰ 1920 ਕਹਿ ਕੇ ਲੋਕ ਇਹਨੂੰ ਯਾਦ ਕਰਦੇ ਕਿਉਂਕਿ ਇੰਨੇ ਕੁ ਮੈਂਬਰ ਨੇ। ਵੈਸੇ ਅਕਾਲੀ ਦਲ 1920 ਨੇ ਜਿਹੜੀ ਵੀ ਉਹ ਹਮਾਇਤ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਹੁਣ ਜਿਹੜੀ ਵੀ ਉਹ ਕਰਤੀ ਆ। ਹਰਿਆਣੇ ਦੇ ਵਿੱਚ ਐਸ ਜੀ ਸੀ ਮੈਂਬਰ ਰਹੇ ਜਗਦੀਸ਼ ਸਿੰਘ ਝੀਂਡਾ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਵੀ ਜਿਹੜਾ ਵੀ ਉਹ ਕੀਤਾ। ਸੋ ਜਿਹੜੀ ਇਹ ਦਲਦਲ ਆ ਜਿਹੜੀ ਵੀ ਉਹ ਬਣੀ ਰਹੀ ਤੇ ਇੱਕ ਵਾਰੀ ਫਿਰ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁੰਦਾ ਸੀ ਉਹ ਜਦੋਂ ਬਾਦਲ ਦਲ ਦੇ ਵਿੱਚ ਜਿਹੜਾ ਵੀ ਉਹ ਤਬਦੀਲ ਹੋਇਆ ਤੇ ਉਸ ਤੋਂ ਬਾਅਦ ਕਿਉਂਕਿ ਚੁਣੌਤੀਆਂ ਜਿਹੜੀਆਂ ਹੁਣ ਤੱਕ ਖੜੀਆਂ ਕਰਦੇ ਰਹੇ ਉਹ ਪ੍ਰਕਾਸ਼ ਸਿੰਘ ਬਾਦਲ ਹੁਰੀ ਖੜੀਆਂ ਕਰਦੇ ਰਹੇ, ਜਿੱਥੇ ਜਿਵੇਂ ਉਹਨਾਂ ਦਾ ਦਾਅ ਲੱਗਦਾ ਉਹ ਆਪਣੇ ਕਿਵੇਂ ਨਾਲ ਚਲਾਉਂਦੇ ਰਹੇ। ਤੇ ਇਹ ਤੁਸੀਂ ਕਹਿ ਲਓ ਕਿ ਸੂਨਰ ਔਰ ਲੇਟਰ ਜਿਹੜੀਆਂ ਕੁਛ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਨਾ, ਅੱਜ ਉਹੀ ਚੁਣੌਤੀਆਂ ਜਿਹੜੀਆਂ ਦੀ ਉਹ ਬਾਦਲ ਦਲ ਦੇ ਦਰਪੇਸ਼। ਜੀ ਜੀ ਬਿਲਕੁਲ, ਅੱਗੇ ਗੱਲ ਕਰਦੇ ਹੈਗੇ ਆ। CBI ਨੇ ਬੇਅਦਬੀ ਕਾਂਡ ਦੀ ਜਾਂਚ ਰੋਕਣ ਦੇ ਲਈ ਐਪਲੀਕੇਸ਼ਨ ਦਿੱਤੀ। ਦੇਖੋ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਇੱਕ ਤਾਂ ਨਿਤ ਤੁਸੀਂ ਕਹਿ ਲਓ ਕਿ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਜਿਹੜੀ ਫੇਰ ਹੋਣੀ। ਇੱਕ ਤਾਂ ਸਰੂਪ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਕੱਲ੍ਹ ਗੱਲ ਕੀਤੀ ਵੀ 3 ਜਿਹੜੇ ਨੇ ਉਹ ਅਜੇ ਵੀ ਪਕੜ ਤੋਂ ਬਾਹਰ ਨੇ ਪੁਲਿਸ ਦੇ ਜਾਂ SIT ਦੇ। ਜਿਹੜੇ ਇਹ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ 3 ਜਿਹੜੇ ਮੈਂਬਰ ਨੇ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ। ਇਹ ਸੰਭਾਵੀ ਰੂਪ ਦੇ ਵਿੱਚ ਜਾਂ ਤਾਂ ਡੇਰੇ ਦੇ ਅੰਦਰ ਨੇ ਜਿਹਦੀ ਜ਼ਿਆਦਾ ਸੰਭਾਵਨਾ ਹੈ, ਜਾਂ ਇਹ ਵਿਦੇਸ਼ ਜਿਹੜਾ ਉਹ ਚਲੇ ਗਏ। ਵਿਦੇਸ਼ ਵਾਲੀ ਗੱਲ ਦੇ ਵੀ ਘੱਟ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਜਿਹੜਾ ਮੌੜ ਬੰਬ ਧਮਾਕਾ ਹੋਇਆ ਸੀ ਜਿਹੜੇ ਉਹਦੇ ਵਿੱਚ ਵਾਂਟਡ ਨੇ ਉਹ ਵੀ ਡੇਰੇ ਦੇ ਅੰਦਰ ਨੇ। ਡੇਰੇ ਦੇ ਅੰਦਰ ਜਾ ਸਕਣਾ ਪੁਲਿਸ ਦੀ ਜ਼ਰੂਰਤ ਨਹੀਂ ਸੀ, ਉਹ ਹੈਗੀ ਸਰਕਾਰਾਂ ਦੀ ਜ਼ਰੂਰਤ ਅਜੇ ਵੀ ਨਹੀਂ ਪਈ ਉਸ ਡੇਰੇ ਦੇ ਅੰਦਰ ਜਾਣ ਦੀ। ਹੁਣ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਿਹੜੇ ਵੀ ਉਹ ਜਾਰੀ ਕੀਤੇ ਗਏ ਆ। ਇਹ ਅਰਜ਼ੀ ਦੇ ਕੇ ਫਰੀਦਕੋਟ ਦੇ ਵਿੱਚ ਵਾਰੰਟ ਜਿਹੜੇ ਵੀ ਉਹ ਜਾਰੀ ਕਰਵਾਏ ਗਏ ਆ। ਵਿੱਚ ਮੈਂਬਰ ਹਰੀਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ, ਇਹ 3 ਜਾਣੇ ਨੇ ਜਿਹੜੇ ਲੱਭ ਨਹੀਂ ਰਹੇ। ਇਹ ਤਿੰਨੋਂ ਹਰਿਆਣਾ ਦੇ ਵਸਨੀਕ ਆ, ਡੇਰਾ ਸੱਚਾ ਸੌਦਾ ਦੇ ਵਿੱਚ ਰਹਿੰਦੇ ਸੀ ਤੇ ਸ਼ਾਇਦ ਅੱਜ ਵੀ ਉੱਥੇ ਹੀ ਨੇ। ਇਹਦੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ, ਉਹਦੀ ਗ੍ਰਿਫਤਾਰੀ ਵੀ ਅਜੇ ਪਾਉਣੀ ਬਾਕੀ ਆ। ਇਹ ਕਿਹਾ ਜਾ ਰਿਹਾ ਕਿ ਉਹਦੇ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਜਾਣਗੇ। ਹਾਲਾਂਕਿ ਕੱਲ੍ਹ DGP ਪੰਜਾਬ ਜਿਹੜੇ ਉਹਨਾਂ ਨੇ ਗੱਲ ਕਹੀ ਆ ਕਿ ਉਹਨਾਂ ਦੇ ਜਿਹੜਾ ਜੀ ਉਹ ਵਾਰੰਟ ਲੈ ਕੇ ਉਹਨਾਂ ਤੋਂ ਪੁੱਛਗਿੱਛ ਲਈ ਅਰੈਸਟ ਜਿਹੜਾ ਕੀਤਾ ਜਾਊਗਾ। ਮੇਰਾ ਖਿਆਲ ਸ਼ਾਇਦ ਉਹਨੂੰ ਲਿਆਉਣ ਦੀ ਪਰਮਿਸ਼ਨ ਤਾਂ ਨਹੀਂ ਮਿਲੂਗੀ ਸਿਕਿਉਰਿਟੀ ਰੀਜ਼ਨ ਕਰਕੇ, ਜੇਲ੍ਹ ਚੋਂ ਕੱਢਣ ਦੀ ਪਰਮਿਸ਼ਨ ਨਹੀਂ ਮਿਲੂਗੀ। ਪੁੱਛਗਿੱਛ ਦੀ ਪਰਮਿਸ਼ਨ, ਗ੍ਰਿਫਤਾਰੀ ਪਾਉਣ ਦੀ ਪਰਮਿਸ਼ਨ ਜਿਹੜੀ ਉਹ ਜ਼ਰੂਰ ਮਿਲ ਸਕਦੀ ਆ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਤੇ ਇਹਨਾਂ ਦੀ ਗ੍ਰਿਫਤਾਰੀ ਤਾਂ 48 ਘੰਟਿਆਂ ਦੇ ਦੌਰਾਨ ਅਦਾਲਤ 'ਚ ਦਿੱਤੀ ਚਾਰਜਸ਼ੀਟ ਜਿਹੜੀ ਦੀ ਉਹ ਵਿਵਾਦਾਂ 'ਚ ਘਿਰ ਗਈ ਆ। CBI ਨੇ ਵਿਸ਼ੇਸ਼ ਜਿਹੜੀ ਅਦਾਲਤ ਆ ਮੋਹਾਲੀ ਦੀ ਉਹਦੇ ਵਿੱਚ ਅਰਜ਼ੀ ਦੇ ਕੇ ਦੋਸ਼ ਲਾਇਆ ਕਿ SIT ਨੇ 41 'ਚ ਚਾਰਜਸ਼ੀਟ ਪੇਸ਼ ਕੀਤੀ ਆ, ਜਦੋਂ ਕਿ ਜਾਂਚ ਕਿਸ ਏਜੰਸੀ ਨੇ ਕਰਨੀ ਹੈ ਇਹ ਮਾਮਲਾ ਅਜੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। CBI ਦੇ ਅਡੀਸ਼ਨਲ ਸੁਪਰੀਨੈਂਡੈਂਟ ਜਿਹੜੇ ਨੇ ਉਹਨੇ CBI ਦੇ ਸੀਨੀਅਰ ਪਬਲਿਕ ਪ੍ਰੋਸੀਕਿਊਟਰ
आर एल चंद के राही अदालत के सुनवाई रोकण की अर्जी जी है वो दी है अजे ये उत्ते सुनवाई नोटिस जारी किया गया और भड़के ये उत्ते 10 जुलाई में अदालत के सामने पेश होने के आदेश जोड़े है जी वो दिते है। मतलब कि देखो एक गल तो हैगी है ये कि जी एस आई टी है उन्हें इस मामले के काढ़ी क्यों की और सैकेंड एस आई टी ये कहती है कि जी ये जांच साड़ी मुकम्मल होगी बेअदबी मामले मुकम्मल किवें होगी जी जिहड़े इहदे विच अहम पॉइंट ने जिथों बेअदबी जी वो सारिया जी शुरू होंदा सारा काम वो अकाल तख्त तो जारी होया हुक्मनामा जिहदे विच सरते वाले नूं बिना माफ़ी मंगे माफ़ किया गया फिर 96 लाख के इश्तहार जिहड़े सी दिते गए उस माफ़ी नूं जायज़ ठहराउण दे वास्ते अखबारां 'च इश्तहार दिते गए फिर वो माफ़ी वापस लै ली गई जिथों ये बेअदबी जी है जी वो स्टार्ट होंदी है ਉਹਨੂੰ ਇਸ ਜਾਂਚ ਦੇ ਵਿੱਚ ਕਿਤੇ ਸ਼ਾਮਿਲ ਹੀ ਨਹੀਂ ਕੀਤਾ ਗਿਆ ਫਿਰ ਐਸ ਆਈ ਟੀ ਇਹ ਕਿਵੇਂ ਦਾਅਵਾ ਕਰਦੀ ਆ ਕਿ ਉਹਦੀ ਜਾਂਚ ਜਿਹੜੀ ਆ ਜੀ ਉਹ ਮੁਕੰਮਲ ਹੋ ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜਾ ਭੰਬੜ ਭੂਸਾ ਆ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਐਸ ਆਈ ਟੀ ਜਿਹੜੀ ਦੂਸਰੀ ਆ ਉਹ ਚਲਾਨ ਪੇਸ਼ ਕਰਨ ਦੇ ਵਾਸਤੇ ਲਗਭਗ ਤਿਆਰ ਹੈ ਜਦੋਂ ਜਿਹੜੀਆਂ ਜੀ ਅਦਾਲਤਾਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਜਾਂਦਾ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਵੱਲੋਂ ਉਹ ਚਲਾਨ ਪੇਸ਼ ਜਿਹੜਾ ਵੀ ਕੀਤਾ ਜਾਊਗਾ ਗੋਲੀ ਕਾਂਡ ਵਾਲਾ ਔਰ ਇਸ ਮਾਮਲੇ ਦੇ ਉੱਤੇ ਜਿਹੜੀ ਇਹ ਕਾਹਲੀ ਕਿਉਂ ਕੀਤੀ ਗਈ ਆ ਹੋ ਸਕਦਾ ਆਉਂਦੇ ਦਿਨਾਂ ਦੇ ਦੌਰਾਨ ਕੁਛ ਚੀਜ਼ਾਂ ਸਾਹਮਣੇ ਆ ਸਕਣ ਪਤਾ ਹੈ ਨਾ ਪਰ ਫਿਰ ਵੀ ਕੁੜੀਆਂ ਦੇ ਆਫੀਸ਼ੀਅਲੀ ਆ ਜਾਣ ਤੇ ਫਿਰ ਗੱਲ ਇਹਦੀ ਕਰ ਬਿਲਕੁਲ ਬਿਲਕੁਲ ਉਹ ਜੋ ਬਚਾਉਣੇ ਹੋਏ ਆ ਤੇ ਅੱਗੇ ਗੱਲ ਕਰਦੇ ਆ ਫਰੀਦਕੋਟ ਦੇ ਰਾਜੇ ਦੀ ਅਬਸੀਅਤ ਦੀ ਉਸ ਦਾ ਮਾਮਲਾ ਵੀ ਪੁਲਿਸ ਕੋਲ ਪਹੁੰਚਿਆ ਇਹ ਮਾਮਲਾ ਪਹਿਲਾਂ ਅਦਾਲਤਾਂ ਦੇ ਵਿੱਚ ਜਿਹੜਾ ਵੀ ਚੱਲਦਾ ਰਿਹਾ ਫਰੀਦਕੋਟ ਦੀ ਹੇਠਲੀ ਅਦਾਲਤ ਤੋਂ ਇਹ ਕੇਸ ਜਿੱਤਿਆ ਗਿਆ ਫਿਰ ਸੈਸ਼ਨ ਤੋਂ ਇਹ ਕੇਸ ਜਿੱਤਿਆ ਗਿਆ ਫਿਰ ਹਾਈ ਕੋਰਟ ਤੋਂ ਇਹ ਕੇਸ ਜਿਹੜਾ ਜੀ ਉਹ ਜਿੱਤਿਆ ਗਿਆ ਹੁਣ ਰਿਆਸਤ ਦਾ ਆਖਰੀ ਮਹਾਰਾਜਾ ਜਿਹੜਾ ਸੀ ਹਰਿੰਦਰ ਸਿੰਘ ਬਰਾੜ ਉਹਦੀ ਕਥਿਤ ਤੌਰ ਤੇ ਫਰਜ਼ੀ ਵਸੀਅਤ ਬਣਾਉਣ ਦੇ ਦੋਸ਼ਾਂ ਦੇ ਤਹਿਤ ਸਿਟੀ ਪੁਲਿਸ ਫਰੀਦਕੋਟ ਨੇ ਜਿਹੜਾ ਜੀ ਅੰਮ੍ਰਿਤ ਕੌਰ ਜਿਹੜੀ ਉਹਦੀ ਬੇਟੀ ਸੀ ਉਹਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ 23 ਜਾਣਿਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਇਹਦੇ ਵਿੱਚ ਹਰਿੰਦਰ ਸਿੰਘ ਬਰਾੜ ਦੇ ਜਵਾਈ ਤੇ ਕਲਕੱਤਾ ਦੇ ਰਾਜੇ ਜੈ ਸਿੰਘ ਮਹਿਤਾਬ ਤੇ ਉਹਦੀ ਕੁੜੀ ਨਿਸ਼ਾ ਦੀਖੇਰ ਦਾ ਨਾਮ ਵੀ ਜਿਹੜਾ ਉਹ ਸ਼ਾਮਿਲ ਹੈ ਇਹਨਾਂ ਜਿਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹਦੇ ਵਿੱਚ ਸਾਬਕਾ ਆਈ ਜੀ ਤੇ ਮਹਿਰਾਵਲ ਖੇਵਾ ਜੀ ਟਰੱਸਟ ਦੇ CEO ਜਗੀਰ ਸਿੰਘ ਸਰਾਂ ਸਾਬਕਾ ਜੱਜ ਜਤਿੰਦਰ ਸਿੰਘ ਵਹਿਣੀਵਾਲ ਪਰਮਜੀਤ ਸਿੰਘ ਜਤਿੰਦਰਪਾਲ ਸਿੰਘ ਵਹਿਣੀਵਾਲ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਲਿਤ ਮੋਹਨ ਗੁਪਤਾ ਮੁੱਖ ਤੌਰ ਦੇ ਉੱਤੇ ਸ਼ਾਮਿਲ ਨੇ ਜਿਹੜਾ ਆਖਰੀ ਮਹਾਰਾਜਾ ਸੀਗਾ ਹਰਿੰਦਰ ਸਿੰਘ ਬਰਾੜ ਉਹਨੇ 1 ਜੂਨ 1982 ਨੂੰ 9 ਸਫ਼ਿਆਂ ਦੀ ਵਸੀਅਤ ਤਿਆਰ ਕੀਤੀ ਜਿਹਦੇ ਵਿੱਚ ਉਹਨੇ ਆਪਣੀ ਰਿਆਸਤ ਦੀ ਕੁੱਲ ਜਾਇਦਾਦ ਦੀ ਸਾਂਭ ਸੰਭਾਲ ਦੇ ਵਾਸਤੇ ਮਹਿਰਾਵਲ ਖੇਵਾ ਦੀ ਟਰੱਸਟ ਦੀ ਸਥਾਪਨਾ ਕੀਤੀ ਤੇ ਆਪਣੀ ਧੀ ਜਿਹੜੀ ਅੰਮ੍ਰਿਤ ਕੌਰ ਸੀ ਉਹਨੂੰ ਸ਼ਾਹੀ ਜਾਇਦਾਦ ਦੇ ਵਿੱਚੋਂ ਕੋਈ ਹਿੱਸਾ ਨਹੀਂ ਸੀ ਦਿੱਤਾ ਅੰਮ੍ਰਿਤ ਕੌਰ ਨੇ ਵਸੀਅਤ ਨੂੰ ਅਦਾਲਤ ਚੁਣੌਤੀ ਦਿੱਤੀ ਵਸੀਅਤ 1 ਜੂਨ 2020 ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਗੈਰ ਕਾਨੂੰਨੀ ਐਲਾਨ ਦਿੱਤੀ ਗਈ ਅੰਮ੍ਰਿਤ ਕੌਰ ਨੇ ਇਹਨਾਂ ਫੈਸਲਿਆਂ ਦੇ ਆਧਾਰ ਦੇ ਉੱਤੇ ਫਰਜ਼ੀ ਵਸੀਅਤ ਤਿਆਰ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਿਹੜੇ ਫਰੀਦਕੋਟ ਦੇ SSP ਨੇ ਉਹਨੇ ਇਹਦੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਆ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਦੀ ਉਹ ਨਹੀਂ ਹੋਈ ਇਹ 25,000 ਕਰੋੜ ਰੁਪਈਏ ਦੀ ਜਾਇਦਾਦ ਹੈ ਬਹੁਤ ਵੱਡੀ ਇਹ ਜਿਹੜਾ ਜੀ ਤੁਸੀਂ ਕਹਿ ਲਓ ਰਾਜਿਆਂ ਨੇ ਜਿਵੇਂ ਲੋਕਾਂ ਦੇ ਸਿਰ ਤੋਂ ਇਹ ਜਾਇਦਾਦਾਂ ਬਣਾਈਆਂ ਸੀਗੀਆਂ ਉਦਾਂ ਦੀ ਇਹ ਜਿਹੜੀ ਜੀ ਜਾਇਦਾਦ ਸੀਗੀ ਪ੍ਰਭਾਵ ਦੇ ਵਿੱਚ ਇਹ ਹੁਣ ਸਾਬਤ ਹਾਈਕੋਰਟ ਤੱਕ ਹੋਇਆ ਕਿ ਇਹ ਵਸੀਅਤ ਜਿਹੜੀ ਸੀ ਫਰਜ਼ੀ ਤਿਆਰ ਕੀਤੀ ਗਈ ਸੀ ਰਾਜੇ ਨੇ ਅਸਲ ਦੇ ਵਿੱਚ ਕੋਈ ਵਸੀਅਤ ਜਿਹੜੀ ਜੀ ਉਹ ਨਹੀਂ ਸੀ ਲਾਈ ਅਜੇ ਜਿਹੜੇ ਜਿਹਨਾਂ ਦੇ ਨਾਮ ਇਹਦੇ ਵਿੱਚ ਆਏ ਨੇ ਉਹਨਾਂ ਨੇ ਅਜੇ ਤੱਕ ਕਿਸੇ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਐਪਲੀਕੇਸ਼ਨ ਜਿਹੜੀ ਜੀ ਉਹ ਨਹੀਂ ਲਾਈ ਉਮੀਦ ਹੈ ਕਿ ਉਹ ਲਾਉਣਗੇ ਮਤਲਬ ਕਿ ਮਾਮਲਾ ਇੱਥੇ ਖਤਮ ਨਹੀਂ ਹੋਇਆ ਸ਼ਾਇਦ ਕਿਤੇ ਨਾ ਕਿਤੇ ਇਹਦਾ ਰੀਜ਼ਨ ਪੁਲਿਸ ਦੇ ਕੋਲੇ ਜਾਣ ਦਾ ਇਹ ਵੀ ਹੋ ਸਕਦਾ ਕਿ ਇਹ ਸੁਪਰੀਮ ਕੋਰਟ ਦੇ ਵੱਲ ਨੂੰ ਜਿਹੜਾ ਜੀ ਉਹ ਨਾ ਜਾਣ ਤੇ ਇਹਨਾਂ ਨੂੰ ਰੋਕਣ ਦੇ ਵਾਸਤੇ ਇਹ ਪੁਲਿਸ ਕੇਸ ਜਿਹੜਾ ਜੀ ਕੀਤਾ ਹੋ ਸਕਦਾ ਜੀ ਤੇ ਅੱਗੇ ਗੱਲ ਕਰਦੇ ਹਾਂ ਹੁਣ ਪੜ੍ਹਾਈ ਲਿਖਾਈ ਵੱਲ ਚੱਲਦੇ ਹਾਂ ਵੈਸੇ ਤਾਂ ਸੱਤਿਆਨਾਸ਼ ਕਰ ਦਿੱਤਾ ਗਿਆ ਤੇ ਸਿਲੇਬਸ ਘਟਾਉਣ ਦੇ ਮਾਮਲੇ ਨੇ ਵੀ ਤੂਲ ਫੜਿਆ ਦੇਖੋ ਇਹ ਮਾਮਲਾ ਐਕਚੁਅਲੀ ਬਹੁਤ ਗੰਭੀਰ ਹੈ ਜੀ ਬਹੁਤ ਜ਼ਿਆਦਾ ਇਹ ਗੰਭੀਰ ਹੈ ਕਿਉਂਕਿ ਜਿਹੜਾ ਜਮਹੂਰੀ ਅਮਲ ਹੈ ਉਹਨੂੰ ਇਹ ਖੋਰਾ ਲਾਉਣ ਦਾ ਇੱਕ ਹੋਰ ਜਿਹੜਾ ਜੀ ਉਹ ਯਤਨ ਹੈ COVID-19 ਦੇ ਚੱਲਦਿਆਂ ਕੇਂਦਰ ਦੀ ਸਰਕਾਰ ਅਜਿਹੇ ਫੈਸਲੇ ਲਗਾਤਾਰ ਲੈ ਰਹੀ ਹੈ ਜਿਹਦੇ ਨਾਲ ਉਹਦਾ ਜਿਹੜਾ ਹਿਡਨ ਏਜੰਡਾ ਹੈ ਜਿਹੜਾ ਉਹਦਾ ਲੁਕਵਾਂ ਏਜੰਡਾ ਉਹ ਸਾਹਮਣੇ ਆ ਰਿਹਾ ਚਾਹੇ ਉਹ ਕਿਸਾਨਾਂ ਦੇ ਲਈ ਜਾਰੀ ਕੀਤੇ ਗਏ ਆਰਡੀਨੈਂਸ ਨੇ ਚਾਹੇ ਉਹ
ਬਿਜਲੀ ਮਹਿਕਮੇ ਜਿਹੜੇ ਨੇ ਉਹ ਸਾਰੇ ਕੇਂਦਰ ਦੀ ਸਰਕਾਰ ਦੇ ਅੰਡਰ ਕਰਨ ਦੇ ਵਾਸਤੇ ਬਿੱਲ ਲਿਆਉਣਾ ਹੈ ਤੇ ਚਾਹੇ ਹੁਣ ਸੀਬੀਐਸਈ ਜਿਹੜੀ ਸੈਂਟਰ ਦੇ ਜਿਹੜਾ ਅੰਡਰ ਆਉਂਦੀ ਹੈ ਉਹਦੇ ਵਿੱਚ ਕੀਤਾ ਕੀ ਗਿਆ, 9ਵੀਂ 10ਵੀਂ ਪਲੱਸ 1 ਪਲੱਸ 2 ਇਹਦਾ ਸਿਲੇਬਸ ਜਿਹੜਾ ਵੀ ਘੱਟ ਕਰਨ ਦੇ ਨਾਂ ਦੇ ਹੇਠ ਇੱਕ ਗੰਭੀਰ ਜਿਹੜਾ ਵੀ ਤੁਸੀਂ ਕਹਿ ਲਓ ਕਿ ਇੱਕ ਖੋਰਾ ਲਾਉਣ ਦੇ ਜਿਹੜੇ ਵੀ ਉਹ ਯਤਨ ਕੀਤੇ ਜਾ ਰਹੇ ਨੇ। ਇਹ ਕਿਹਾ ਗਿਆ ਕਿ ਆਨਲਾਈਨ ਢੰਗ ਦੇ ਨਾਲ ਪੜ੍ਹਾਈ ਜਿਹੜੀ ਆ ਉਹਨੂੰ ਘੱਟ ਕੀਤਾ ਜਾਵੇ, ਸਿਲੇਬਸ ਘਟਾਇਆ ਜਾਵੇ। ਹੁੰਦਾ ਤਾਂ ਇਹ ਕਿ ਇਹਦੇ ਵਾਸਤੇ ਕੋਈ ਜਿਹੜਾ ਵੀ ਉਹ ਤਿਆਰ ਕੀਤਾ ਜਾਂਦਾ ਕਿ ਆਹ ਸਾਡੇ ਕੋਲ ਨਵੀਆਂ ਚੀਜ਼ਾਂ ਨੇ, ਇਹਦੇ ਨਾਲ ਅਸੀਂ ਸਟੂਡੈਂਟਸ ਨੂੰ ਇਹ ਪੜ੍ਹਾਈ ਜਿਹੜੀ ਵੀ ਉਹ ਕਰਾਵਾਂਗੇ। ਇਹ ਕਰਨ ਦੀ ਜਗ੍ਹਾ ਦੇ ਉੱਤੇ ਜਿਹੜੀ ਸੀਬੀਐਸਈ ਆ ਉਹਨੇ ਇਹ ਕਹਿਤਾ ਕਿ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦਾ ਸਿਲੇਬਸ 30% ਘਟਾਇਆ ਜਾਊਗਾ। ਦਲੀਲ ਇਹ ਦਿੱਤੀ ਜਾ ਰਹੀ ਆ ਕਿ ਕੋਵਿਡ-19 ਦੇ ਚੱਲਦਿਆਂ ਬੱਚਿਆਂ ਦੇ ਉੱਤੇ ਮਾਨਸਿਕ ਦਬਾਓ ਵਧਿਆ ਤੇ ਉਹ ਮਾਨਸਿਕ ਤਣਾਓ ਨੂੰ ਘੱਟ ਕਰਨ ਦੇ ਵਾਸਤੇ ਸਿਲੇਬਸ ਘੱਟ ਕੀਤਾ ਜਾਊਗਾ। ਅੱਛਾ, ਇਹਦੇ ਵਿੱਚ ਸਿਲੇਬਸ ਜਿਹੜਾ ਘੱਟ ਕੀਤਾ ਜਿਹੜਾ ਵੀ ਉਹ ਜਾ ਰਿਹਾ ਉਹਦੇ ਵਿੱਚੋਂ ਫੈਡਰਲਿਜ਼ਮ, ਧਰਮ ਨਿਰਪੱਖਤਾ, ਨਾਗਰਿਕਤਾ, ਨਾਗਰਿਕਤਾ ਕਾਨੂੰਨ, ਰਾਸ਼ਟਰਵਾਦ ਦੇ ਜਿਹੜੇ ਸਿਲੇਬਸ ਆ ਉਹ ਚੁੱਕੇ ਜਾ ਰਹੇ ਆ ਸਾਰੇ। ਜਿਹੜੀਆਂ ਸਥਾਨਕ ਸੰਸਥਾਵਾਂ ਨੇ, ਜਿਹੜੀਆਂ ਹੇਠਲੀਆਂ ਸਰਕਾਰਾਂ ਨੇ ਜਿਹਦੇ ਵਿੱਚ ਪੰਚਾਇਤਾਂ, ਮਿਊਂਸੀਪਲ ਕਮੇਟੀਆਂ, ਜਿਹੜਾ ਇਹ ਇਹਦੇ ਜਿਹੜੇ ਹਿੱਸੇ ਸ਼ਾਮਿਲ ਸੀ ਉਹਨੂੰ ਸਿਲੇਬਸ ਦੇ ਵਿੱਚੋਂ ਮਨਫੀ ਜਿਹੜਾ ਵੀ ਉਹ ਕੀਤਾ ਜਾ ਰਿਹਾ। ਹੁਣ 9ਵੀਂ ਤੋਂ 12ਵੀਂ ਤੱਕ ਪੜ੍ਹ ਰਹੇ ਜਿਹੜੇ ਬੱਚੇ ਨੇ ਉਹਨਾਂ ਨੇ ਭਵਿੱਖ ਦੇ ਵਿੱਚ ਵੋਟਰ ਬਣਨਾ, ਉਹਨਾਂ ਨੇ ਕੱਲ੍ਹ ਨੂੰ ਇਹ ਚੀਜ਼ਾਂ ਜਿਹੜੀਆਂ ਵੀ ਉਹ ਪੜ੍ਹਨੀਆਂ ਨੇ ਕਿ ਮੁਲਕ ਦੇ ਵਿੱਚ ਫੈਡਰਲਿਜ਼ਮ ਕੀ ਆ, ਧਰਮ ਨਿਰਪੱਖਤਾ ਕੀ ਆ, ਨਾਗਰਿਕਤਾ ਕੀ ਆ, ਰਾਸ਼ਟਰਵਾਦ ਕੀ ਆ, ਪੰਚਾਇਤਾਂ ਕੀ ਨੇ, ਮਿਊਨਸੀਪਲ ਕਮੇਟੀਆਂ ਕੀ ਨੇ, ਇਹ ਕਿਵੇਂ ਕੰਮ ਕਰਦੀਆਂ ਨੇ। ਉਹਨਾਂ ਨੇ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲੈਣਾ, ਉਹਨਾਂ ਨੇ ਮਿਊਨਸੀਪਲ ਚੋਣਾਂ ਦੇ ਵਿੱਚ ਵੀ ਹਿੱਸਾ ਲੈਣਾ। ਜਦੋਂ ਉਹਨਾਂ ਨੂੰ ਇਹ ਪੂਰਾ ਸਿਲੇਬਸ ਮਨਫੀ ਹੀ ਕਰ ਦਿੱਤਾ ਜਾਊਗਾ, ਤੁਸੀਂ ਇਹ ਕਹਿ ਲਓ ਕਿ ਭਵਿੱਖ ਦੇ ਜਿਹੜੇ ਵੋਟਰ ਨੇ, ਜਿਹੜੇ ਬੱਚੇ ਜਿਹੜੇ ਹੋਣੇ ਆ, ਉਹ ਗੁੰਗੇ ਬੋਲੇ ਬਣ। ਕੁਛ ਇਸ ਕਿਸਮ ਦਾ ਜਿਹੜਾ ਵੀ ਉਹ ਕੀਤਾ ਜਾ ਰਿਹਾ। ਜਿੰਨਾ ਇਹਦਾ ਵਿਰੋਧ ਜਿਹੜਾ ਉਹ ਹੋਣਾ ਚਾਹੀਦਾ ਸੀ ਉਹਨਾਂ ਵਿਰੋਧ ਅਜੇ ਇਹਦਾ ਹੋ ਨਹੀਂ ਰਿਹਾ। ਹਾਂ, ਕੁਛ ਜਿਹੜੇ ਸੁਹਿਰਦ ਲੋਕ ਨੇ ਉਹ ਇਸ ਮਾਮਲੇ ਨੂੰ ਚੁੱਕ ਰਹੇ ਆ ਕਿ ਇਹ ਕੀ ਤਰੀਕਾ ਹੋਇਆ ਕਿ ਚਲੋ ਇੱਕ ਸਾਲ ਪੜ੍ਹਾਈ ਨਹੀਂ ਹੋਊਗੀ ਤੇ ਏਡਾ ਕਿਹੜਾ ਉੱਤੇ ਭਾਰ ਡਿੱਗ ਪੈਣ ਲੱਗਾ, ਅਗਲੀ ਵਾਰੀ ਹੋ ਜਾਊਗੀ। ਪਹਿਲਾਂ ਵੀ ਤਾਂ ਤੁਸੀਂ 8ਵੀਂ ਤੱਕ ਜਿਹੜਾ ਵੀ ਉਹ ਕਿਸੇ ਨੂੰ ਵੀ ਫੇਲ ਨਾ ਕਰਨ ਵਾਲੀਆਂ ਪਾਲਿਸੀ ਚਲਾਈ ਜਾ ਰਹੇ ਹੋ, ਇੱਕ ਵਾਰੀ ਉੱਤੇ ਤੱਕ ਲੈ ਆਓ, ਪਲੱਸ ਟੂ ਤੱਕ ਇਹ ਲੈ ਆਓ ਪਾਲਿਸੀ ਇੱਕ ਵਾਰੀ, ਅਗਲੀ ਵਾਰ ਤੋਂ ਫੇਰ ਜਿਹੜਾ ਵੀ ਉਹ ਕਰ ਦਿਓ। ਪਰ ਇਹ ਉਹਦੀ ਆੜ ਦੇ ਵਿੱਚ ਜਿਹੜਾ ਹਿਡਨ ਏਜੰਡਾ ਜੀ ਉਹ ਲਾਗੂ ਕੀਤਾ ਜਾ ਰਿਹਾ ਤਾਂ ਕਿ ਇੱਕੋ ਇੱਕ ਸੈਂਟਰ ਦੇ ਕੋਲੇ ਸਾਰੀਆਂ ਪਾਵਰਾਂ ਚਲੇ ਜਾਣ, ਨਾ ਪੰਚਾਇਤਾਂ ਰਹਿਣ, ਨਾ ਮਿਊਨਸਪੈਲਿਟੀ ਰਹਿਣ, ਨਾ ਬੱਚਿਆਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਦੇ ਵਿੱਚ ਕੁਛ ਜਿਹੜਾ ਵੀ ਉਹ ਪਤਾ ਲੱਗੇ, ਜਿਹਦੇ ਕਰਕੇ ਸੀਬੀਐਸਈ ਨੇ ਇਹ ਤਰੀਕਾ ਜਿਹੜਾ ਵੀ ਉਹ ਕੱਢਿਆ ਕਿ ਨਾ ਰਹੇ ਬਾਂਸ ਤੇ ਨਾ ਵੱਜੇ ਜਿਹੜਾ ਵੀ ਉਹ ਬੰਸਰੀ, ਇਸ ਕਰਕੇ ਕੰਮ ਹੀ ਨਿਬੇੜ ਜੀ। ਬਿਲਕੁਲ ਜੀ ਬਿਲਕੁਲ, ਲੈ ਹੀ ਲਿਆ ਸਾਰਾ ਕੁਛ ਹੱਥਾਂ ਦੇ ਵਿੱਚ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੋ ਮੋਹਾਲੀ ਦੇ ਵਿੱਚ ਇੱਕ ਨਕਲੀ ਮੈਚ ਹੋਇਆ ਸੀ, ਕੀ ਉਸਦੇ ਅਸਲੀ ਖਿਡਾਰੀ ਲੱਭੇ? ਦੇਖੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜੀ ਵੀ ਉਹ ਵੱਡਾ ਫਰੋਡ, ਵੱਡੇ ਟਾਈਪ ਦਾ ਜਿਹੜਾ ਵੀ ਉਹ ਫਰੋਡ ਸੀਗਾ। ਇਹਦੇ 'ਚ ਮੇਨ ਜਿਹੜਾ ਮੁਲਜ਼ਮ ਹੈ ਜੀ ਰਵਿੰਦਰ ਸਿੰਘ ਡੰਡੀਵਾਲ ਹੈ, ਉਹ ਅਰੈਸਟ ਕੀਤਾ ਗਿਆ ਔਰ ਉਹਨੇ ਵੱਡੇ ਖੁਲਾਸੇ ਜਿਹੜੇ ਆ ਜੀ ਕੀਤੇ ਆ ਕਿ ਪਿਛਲੇ ਸਾਲਾਂ ਦੇ ਦੌਰਾਨ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ ਉਹਨੇ ਫਰਜ਼ੀ ਮੈਚ ਜਿਹੜੇ ਆ ਜੀ ਉਹ ਕਰਾਏ ਆ। 2009 ਦੇ ਵਿੱਚ ਕ੍ਰਿਕਟ ਕੌਂਸਲ ਆਫ ਇੰਡੀਆ ਦੇ ਨਾਮ ਦੇ ਉੱਤੇ ਉਹਨੇ ਕਲੱਬ ਰਜਿਸਟਰ ਕਰਵਾਇਆ ਸੀਗਾ। ਅਗਸਤ ਸਤੰਬਰ 2016 ਦੇ ਵਿੱਚ ਉਹਨੇ ਸ੍ਰੀਲੰਕਾ ਦੇ ਵਿੱਚ ਟੂਰਨਾਮੈਂਟ ਕਰਵਾਇਆ ਸੀ ਔਰ ਦਸੰਬਰ 16 ਦੇ ਵਿੱਚ ਉਹ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਆ ਸੀ ਤੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ਦੇ ਉੱਤੇ ਉਹਨੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਸੀ ਔਰ 17 ਦੇ ਵਿੱਚ ਦੁਬਈ ਤੇ ਇੱਕ ਮੈਚ ਕਾਠਮੰਡੂ ਨੇਪਾਲ ਦੇ ਵਿੱਚ ਵੀ ਉਹਨੇ ਕਰਾਇਆ ਸੀ, ਇੱਕ ਮੈਚ ਅਫਗਾਨਿਸਤਾਨ ਚ ਵੀ ਉਹ ਕਰਾਇਆ। ਇਸੇ ਤਰ੍ਹਾਂ ਦਾ ਇਹ ਫਸ ਗਿਆ ਇਸ ਵਾਰੀ ਜਿਹੜਾ ਜੀ ਇੱਥੇ ਮੋਹਾਲੀ ਕਰਵਾ ਕੇ ਔਰ ਜਿਹੜਾ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੀ ਪੁਲਿਸ ਹੈ ਮੋਹਾਲੀ ਦੀ ਉਹਨੇ ਲਾਂਡਰਾ ਸਰਹੰਦ ਮੁੱਖ ਮਾਰਗ ਦੇ ਉੱਤੇ ਪਿੰਡ ਸਵਾੜਾ ਦੇ ਗਰਾਊਂਡ ਦੇ ਵਿੱਚ ਜਿਹੜਾ ਫਰਜ਼ੀ T20 ਕ੍ਰਿਕਟ ਮੈਚ ਸੀ ਉਹਦਾ ਆਨਲਾਈਨ ਪ੍ਰਸਾਰਣ ਸ੍ਰੀਲੰਕਾ ਤੋਂ ਦਿਖਾ ਦਿੱਤਾ ਸੀ। ਇਹ ਕਿਹਾ ਸੀਗਾ ਕਿ ਇਹ ਸ੍ਰੀਲੰਕਾ ਦੇ ਵਿੱਚ ਮੈਚ ਹੋ ਰਿਹਾ ਔਰ ਉਹਨੇ ਕੈਮਰੇ 2 ਲਾ ਕੇ ਮਾਸਕ ਪਾ ਕੇ ਖਿਡਾਰੀ ਖਿਡਾਏ ਤੇ 39-40 ਡਿਗਰੀ ਤਾਪਮਾਨ ਦੇ ਵਿੱਚ ਫੁੱਲ ਸਲੀਵ ਜਿਹੜੀਆਂ ਟੀ ਸ਼ਰਟ ਸੀਗੀਆਂ ਉਹ ਪਵਾਈਆਂ ਹੋਈਆਂ ਸੀਗੀਆਂ ਤਾਂ ਕਿ ਪਛਾਣੇ ਨਾ ਜਾਣ। ਇਹ ਦਿਖਾਇਆ ਗਿਆ ਵੀ ਇਹ ਸ੍ਰੀਲੰਕਾ ਦੇ ਜਿਹੜੇ ਉਹ ਖਿਡਾਰੀ ਨੇ। ਹੁਣ ਇਹ ਕਿਹਾ ਜਾ ਰਿਹਾ ਕਿ ਇਹ ਫਰਜ਼ੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀ ਜਿਹੜੇ ਆ ਉਹਨਾਂ ਦੀ ਪਛਾਣ ਕੀ ਜਾ ਰਹੀ ਆ। ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਖਿਡਾਰੀ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਦੇ ਨਾਲ ਸੰਬੰਧਿਤ ਨੇ। 3 ਜਿਹੜੇ ਹੁਣ ਤੱਕ ਜਿਹੜੇ ਇਹਦੇ ਸਾਹਮਣੇ ਆਏ ਨੇ ਮੁਲਜ਼ਮ, ਇੱਕ ਤਾਂ ਰਵਿੰਦਰ ਸਿੰਘ ਡੰਡੀਵਾਲ ਦੇ ਤੁਹਾਨੂੰ ਦੱਸਿਆ ਜੀ ਔਰ ਇਹ ਵਾਸੀ ਨੌਰ ਦਾ ਔਰ ਜ਼ਿਲ੍ਹਾ ਹਨੂੰਮਾਨਗੜ੍ਹ, ਪੰਕਜ ਅਰੋੜਾ
ਰਜੇਸ਼ ਗਰਗ ਜਿਹੜਾ ਜੀ ਇਹ ਜ਼ੀਰਕਪੁਰ ਦਾ ਹੈਗਾ ਉਹਨੂੰ ਫੜਿਆ ਗਿਆ। ਜਿਹੜਾ ਡੰਡੀਵਾਲ ਆ ਜੀ ਉਹ ਮੋਹਾਲੀ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਜਿਹੜਾ ਜੀ ਉਹ ਰਹਿੰਦਾ ਤੇ ਬਾਕੀ ਜਿਹੜੇ ਉਹ ਜ਼ੀਰਕਪੁਰ ਦੇ ਵਿੱਚ ਰਹਿੰਦੇ ਆ। ਔਰ ਇਹਨਾਂ ਨੇ ਹੀ ਸਾਰਾ ਜਿਹੜਾ ਸੀਗਾ ਉਹ ਇੰਤਜ਼ਾਮ ਕੀਤਾ ਸੀਗਾ। ਪਿਛਲੇ ਹਫ਼ਤੇ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਹਦੇ ਭਤੀਜੇ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਜਿਹੜਾ ਉੱਥੇ ਕੁੱਕ ਦਾ ਕੰਮ ਕਰਦਾ ਔਰ ਮੈਚ ਫਿਕਸਿੰਗ ਤੇ ਸੱਟੇ ਦੇ ਮਾਮਲੇ ਦੇ ਵਿੱਚ ਉਹ ਕਾਫ਼ੀ ਸਰਗਰਮ ਜਿਹੜਾ ਜੀ ਉਹ ਸੀਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਬ੍ਰਾਜ਼ੀਲ ਦੇ ਵਿੱਚ ਟੇਬਲ ਟੈਨਿਸ ਸੀਰੀਜ਼ ਦੇ ਵੀ ਕਈ ਮੈਚਾਂ ਦੇ ਵਿੱਚ ਉਹਨੇ ਫਿਕਸਿੰਗ ਜਿਹੜਾ ਜੀ ਉਹ ਕੀਤੀ ਸੀਗੀ। ਡੰਡੀਵਾਲ ਜਿਹੜਾ ਜੀ ਉਹ ਬੇਸ਼ਕ ਮੋਹਾਲੀ ਦੇ ਵਿੱਚ ਰਹਿੰਦਾ ਆ ਪਰ ਉਹ ਜ਼ਿਆਦਾ ਵਿਦੇਸ਼ੀ ਮੁਲਕਾਂ ਦੇ ਦੌਰਿਆਂ ਦੇ ਉੱਤੇ ਰਹਿੰਦਾ ਸੀ ਕਿਉਂਕਿ ਇਹ ਜਿਹੜੀ ਇਹ ਸੱਟੇਬਾਜ਼ੀ ਆ ਉਹ ਉਹਨੂੰ ਕਈ ਮੁਲਕਾਂ ਦੇ ਵਿੱਚ ਜਿਹੜਾ ਜੀ ਉਹਦੇ ਜਾਲ ਵਿਛਾਇਆ ਹੋਇਆ ਸੀਗਾ। ਵੈਸੇ ਕੋਈ ਸੋਚ ਵੀ ਸਕਦਾ ਕਿ ਇਹੋ ਜਿਹੇ ਤਰੀਕੇ ਦੇ ਨਾਲ ਵੀ ਪੈਸਾ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਔਰ ਕਿੰਨੇ ਸਾਲਾਂ ਤੋਂ ਉਹ ਜਿਹੜਾ ਉਹ ਲੱਗਿਆ ਹੋਇਆ ਸੀਗਾ। ਔਰ ਐਡੀ ਵੱਡੀ ਗੱਲ ਕਿ ਜਦੋਂ ਸਾਰੇ ਮੈਚਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਆ ਉਹਨੂੰ ਪਤਾ ਲੋਕ ਆਨਲਾਈਨ ਵੇਖਣਗੇ ਮੈਚ ਉਹਦੇ ਉੱਤੇ ਸੱਟਾ ਲਾਉਣਗੇ ਇਸ ਕਰਕੇ ਉਹਨੇ ਇਹਦਾ ਬ੍ਰੌਡਕਾਸਟਿੰਗ ਜਿਹੜੀ ਜੀ ਆਨਲਾਈਨ ਕਰਾਤੀ ਇਹ ਕਹਿਤਾ ਕਿ ਇਹ ਮੈਚ ਸ੍ਰੀਲੰਕਾ ਦੇ ਵਿੱਚ ਜਿਹੜਾ ਜੀ ਹੋ ਰਿਹਾ ਤੇ ਸੱਟੇਬਾਜ਼ ਗ੍ਰਿਫਤਾਰ ਵੀ ਕੀਤੇ ਗਏ ਸੱਟਾ ਲੱਗਿਆ ਵੀ ਉਹਦੇ ਉੱਤੇ ਜਿਹੜਾ ਜੀ ਜਿਹੜੇ ਕੁਛ ਉੱਥੇ ਖਿਡਾਰੀ ਲੋਕਲ ਜਿਹੜੇ ਖੇਡਦੇ ਮੈਚ ਉਹ ਜਦੋਂ ਗਏ ਤੇ ਉਹਨਾਂ ਨੂੰ ਸਟੇਡੀਅਮ 'ਚ ਨਹੀਂ ਜਾਣ ਦਿੱਤਾ ਗਿਆ ਉੱਥੋਂ ਇਹ ਸਾਰਾ ਭੇਦ ਜਿਹੜਾ ਜੀ ਉਹ ਖੁੱਲਣਾ ਸ਼ੁਰੂ ਹੋਇਆ ਉਹਦੇ ਅੰਦਰ ਤਾਂ ਇੱਕ ਮੈਚ ਇਹੋ ਜਿਹਾ ਹੋ ਰਿਹਾ ਜਿਹੜਾ ਯੂਟਿਊਬ ਦੇ ਉੱਤੇ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਦਿਖਾਇਆ ਇਹ ਜਾ ਰਿਹਾ ਵੀ ਇਹ ਮੈਚ ਜਿਹੜਾ ਸ੍ਰੀਲੰਕਾ ਦੇ ਵਿੱਚ ਕਿਤੇ ਨਾ ਕਿਤੇ ਫੜਿਆ ਜਾਂਦਾ ਬੰਦਾ। ਬਹੁਤ ਬਹੁਤ ਧੰਨਵਾਦ ਬਲਦੇਵ ਬੰਨਾ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਦੇਵ ਬੰਨਾ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।